बहुत चंगी तरह देख सकते हो, ये एक नंबर का वैली मुंडा है, सिरे का। पेंट भी देख सकते हो तुम इसकी। ये टेलर तो समाई है तुम पेंट? नहीं, प्रमोशन नहीं कर रहे। क्यों कर सकते हैं दसो? ये ट्रैक्टर की प्रमोशन करता है, जेड़ी भी कंपनी ट्रैक्टर बनाती है प्लीज इसनों एक बार जरूर मिलियो। हजे केड़ी क्लास चो या पता नहीं, क्लास कोई पता नहीं, क्योंकि साल च सिर्फ एक दो दिन ही स्कूल जाना होंगे अपना, उस तो बाद नहीं मेरा स्कूल है। ये स्कूल का नाम मेरा स्कूल है। हाँ जी उस्ताद जी, आप मूरे होए ने जा हुण उधर पानी पानी नहीं, पहला इधर आ करी जाती थी काम। हाँ कट्टियां मैं नवा होगी अच्छ पानी का प्या देना नू। कर पानी डोली जानी तू, तेन पता नहीं जल ही कल है, घा नू किन्ना पानी पाई जाएगी, घा तो पूरा चिकड़ो चिकड़ी करता तू, बस कर। हाँ जी ते अपा नहा नू के तैयार तुर हो गए सी, बस ते हुण लगे रोटी खान। अज्ज रोटी खाई ते रोटी नाल सब्जी कादी आ आलू पकौड़ी ते नाल मलाई मिस्सी रोटियां अज्ज मम्मी ने बनाई बहुत स्वाद, पंज पंज खा गए सारे जने, ढिड तां भर गया पर अखां नहीं भरियां। चलो मिलते हैं फिर रोटी खा के। हाँ जी चलो जी हुण आपां हो गए तैयार, ते हुण आपां चले आ कोटकपुरे मार्केट च, ते उत्थे जा के लहंगा बुक करना, क्योंकि इत्थे चाचा जी दी कुड़ी दी मैरिज आ, ते उहदे करके लहंगा बुक करना, ते उहदा मेकअप पार्लर बुक कराउणा जाके, ते जाके फिर तुहानूं मिलदे आ कोटकपुरे जी। आ कुड़ी दी मैरिज आ, भैणे आ देखो दंद कढ़ी जांदी आ, ते हुण आपां चलांगे आ लड़ी जांदे आ दोनों भैण भरा। बैठो जल्दी जल्दी, बह जा किधर तुरी जानी, चल बैठ। चलो चलो जी आप पहुंच गए कोटकपुरे, ते इत्थे हुण मेरियां दो बुआ जी भी हुणे आउण गईआं, ते उहनां नूं हुण आपां उत्थे बत्तियां वाले चौंक च आउणा ना बुआ उहनां ने, उत्थे मिलदे आ उहनां नूं। ਆ ਦੇਖੋ ਕੁੜੀ ਨੇ ਬੂਟ ਪਾਏ, ਪਲਾਜੋ ਨਾਲ ਬੂਟ ਪਾਏ ਹੋਏ। ਬੂਟ ਚੈੱਕ ਕਰੇ, ਬੂਟ ਚੈੱਕ ਕਰੇ, ਤੇ ਆਪਾਂ ਦੇਖਾਂਗੇ ਲਹਿੰਗੇ। ਦੂਨ ਦਿਖਾ ਰਹੇ ਹਾਂ ਦੇਖੋ, ਮੈਜੈਂਟਾ ਕਲਰ ਚ ਦਿਖਾਏ ਨੇ ਲਹਿੰਗਾ, ਲਾ ਕੇ ਦੇਖਾਂਗੇ, ਦੇਖਦੇ ਹਾਂ ਕਿਹੜਾ ਸੂਟ ਕਰਦਾ ਹੈ ਲਹਿੰਗਾ। ਕਾਹ ਵਾਲਾ ਲਹਿੰਗਾ ਇਹਨਾਂ ਨੇ ਟਰਾਈ ਕੀਤਾ ਵਾ, ਤੀਸਰਾ ਲਹਿੰਗਾ ਟਰਾਈ ਕੀਤਾ ਵਾ सोहने लगते प्लाजो ना बूट तेरे, जिद्दे की फील होंदा बूट पा के प्लाजो नाल जिद्दे। आ देखो जी नवा फैशन आया, बूट शूज पाए हुए प्लाजो नाल जी। ते आपां लहंगा तां सिलेक्ट कर लिया, हुण डेट फाइनल करदे आ वी आ डेट नूं लैके जाणा किवें करना, ते बाकी सारा कुछ कन्फर्म हो चुका है, गा गलबात चली जांदी ते कन्फर्म करी जांदे आ। हुण आपां भैण नूं छड्डिआं दा पार्लर च, ते हुण आपां चले आ भूआ हुणा कोले, कुछ खाने पीने आ, लहंगा सिलेक्ट कर लिया सीगा आपां, ਤੁਹਾਨੂੰ ਦੱਸ ਦਾਂਗੇ ਵੀ ਕਿਹੜਾ ਕੀਤਾ, ਵਿਆਹ 'ਚ ਹੀ ਤੁਹਾਨੂੰ ਪਤਾ ਹੀ ਲੱਗ ਜਾਣਾ ਵਿਆਹ 'ਚ, ਅਤੇ ਹੁਣ ਆਪਾਂ ਕੁਛ ਖਾਂਦੇ ਪੀਂਦੇ ਹਾਂ, ਠੀਕ ਆ। ਚਲੋ ਫਿਰ ਠੀਕ ਆ, ਇੱਥੋਂ ਪੀਵਾਂਗੇ ਜੂਸ, ਸਾਰੇ ਜਾਣੇ ਭੁੱਖੇ ਬੰਦੇ ਬੈਠੇ ਨੇ। ਕੀ ਪੀਣਾ ਤੁਸੀਂ? ਕਹੀਂ ਤਾਂ ਜੂਸ ਪੀਣਾ, ਜੂਸ ਪੀਣਾ, ਜੂਸ ਮਸੰਮੀ ਦਾ ਜੂਸ ਪੀਵੇਂਗਾ। ਅੱਬਾ ਜੀ ਧੋ ਧੋ ਗਲਾਸ ਰੱਖ ਰਹੇ ਨੇ ਵਿੱਚ ਜੀ, ਹੁਣ ਆਪਣਾ ਆ ਗਿਆ ਇੱਕ ਜੂਸ, ਇੱਧਰ ਭੂਆ ਹੋਣੀਆਂ ਵੀ ਜੂਸ ਪੀ ਰਹੀਆਂ, ਰੋਜ਼ ਦੁੱਧੇ ਵੀ ਸਾਰੇ ਜਣੇ ਜੂਸ ਪੀ ਰਹੇ ਨੇ,
ਭੂਆ ਹੁਣ ਭੂਆ ਇੱਕ ਭੂਆ ਨੇ ਬਨਾਨਾ ਸ਼ੇਕ ਆ ਅਤੇ ਉੱਧਰ ਜੁੱਦੇ ਨੇ ਬਨਾਨਾ ਸ਼ੇਕ ਆ ਬਾਕੀ ਸਾਰੇ ਮਿਕਸ ਜੂਸ ਪੀ ਰਹੇ ਨੇ ਭਰਾ ਵੀ ਭੂਆ ਬੋਲ ਬੋਲ ਨਹੀਂ ਰੋਣਾ ਨਹੀਂ ਇੱਧਰ ਹੋ ਜਾਓ ਇੱਧਰ ਹੋ ਜਾਓ ਭੂਆ ਹੁਣ ਚੱਲਿਆ ਹੁਣ ਤੇ ਕਹਿੰਦੇ ਵੀ ਅਸੀਂ ਚੱਲਿਆ ਹੁਣ ਸਾਨੂੰ ਟਾਈਮ ਹੋ ਜਾਣਾ ਫਿਰ ਹਾਂਜੀ ਤੇ ਆਪਾਂ ਦੂਜੀ ਭੈਣ ਨੂੰ ਤਾਂ ਬਿਠਾਇਆ ਹੁੰਦਾ ਸੀ ਬਿਊਟੀ ਪਾਰਲਰ 'ਚ ਉਹਦਾ ਹੀ ਕੀ ਹੋਣਾ ਸੀਗਾ ਫੇਸ਼ੀਅਲ ਵਗੈਰਾ ਹੋਣਾ ਸੀਗਾ ਤੇ ਹੁਣ ਆਪਾਂ ਆ ਗਏ ਇੱਥੇ ਟਾਈਮ ਪਾਸ ਕਰਨ ਫਨ ਪਲਾਜ਼ਾ ਸਿਨੇਮਾ ਤੁਹਾਨੂੰ ਦਿਖਾਉਂਦੇ ਹਾਂ ਮਗਰ ਆ ਸੀ ਫਨ ਪਲਾਜ਼ਾ ਆਦਿਪੁਰਸ਼ ਤੇ ਬਲੈਕ ਐਡਮ ਪਤਾ ਨਹੀਂ ਕਿਹੜੀ ਦੁਕਾਨ ਤੇ ਗੈਲਰੀ ਚ ਵੜ ਗਏ ਜਾ ਕੇ ਏਦਾਂ ਹੀ ਆ ਬਸ ਤੁਹਾਨੂੰ ਪਤਾ ਹੀ ਹੈ ਟਾਈਮ ਪਾਸ ਕਰਨਾ ਹੈ ਟਾਈਮ ਪਾਸ ਹੀ ਕਰਨਾ ਇਹਨਾਂ ਨੇ ਹਾਂ ਦੇਖੋ ਕੀ ਲੈਣਾ ਤੁਸੀਂ ਕੀ ਲੈਣਾ ਤੁਸੀਂ ਇੱਥੇ ਲਿਖਿਆ ਹੋਣਾ ਦੇਖੋ ਪੁੱਛ ਲਓ ਹਾਂਜੀ ਤੇ ਹੁਣ ਅਸੀਂ ਦੁਕਾਨ ਤੇ ਅਸੀਂ ਕੁਝ ਖਾਣ ਵੀ ਸਾਨੂੰ ਭੁੱਖ ਲੱਗੀ ਸੀਗੀ ਤੇ ਉਹ ਕੁੜੀ ਜਿਹੜੀ ਬੈਠੀ ਆ ਹਾਂ ਵਿਆਹ ਵਾਲੀ ਕੁੜੀ ਆ ਉਹ ਬੈਠੀ ਜਿਹੜੀ ਵਿਆਹ ਵਾਲੀ ਕੁੜੀ ਆ ਇਹਦਾ ਵਿਆਹ ਗਾ ਤੇ ਹੁਣ ਅਸੀਂ ਖਾਂਦੇ ਹਾਂ ਇਹ ਕਹਿੰਦੇ ਅਸੀਂ ਬਰਫੀ ਖਾਣੀ ਆ ਤੇ ਚਲੋ ਖਾ ਕੇ ਮਿਲਦੇ ਹਾਂ ਲਓ ਜੀ ਆਪਣੀ ਆ ਗਈ ਟਿੱਕੀ ਤੇ ਹੁਣ ਲੱਗੇ ਆਪਾਂ ਟਿੱਕੀ ਖਾਣ ਆ ਤਿੰਨੇ ਜਣੀਆਂ ਬਹੁਤ ਤਰਸੀ ਜਾਂਦੀ ਟਿੱਕੀ ਤੇ ਹੈਲੋ ਗਾਈਜ਼ ਅਸੀਂ ਆ ਗਏ ਸੀ ਘਰ ਅਤੇ ਘਰ ਆ ਕੇ ਹਨੀ ਨੂੰ ਨੀਂਦ ਆਉਣ ਲੱਗ ਗਈ ਅਤੇ ਹੁਣੇ ਸੁੱਤੇ ਪਏ ਇਹਨਾਂ ਨੂੰ ਕੋਈ ਪਤਾ ਨਹੀਂ ਇੱਧਰ ਦੇਖੋ ਆਪਾਂ ਕੰਨ 'ਚ ਕੁਛ ਮਾਰਾਂਗੇ ਉਹਨੂੰ ਜਗਾਉਂਦੇ ਹਾਂ ਲੋ ਜੀ ਹੁਣ ਅਸੀਂ ਆ ਗਏ ਸੀ ਘਰ ਅਤੇ ਘਰ ਆ ਕੇ ਬਸ ਪਾਣੀ ਪੂਣੀ ਪੀਤਾ ਅਤੇ ਹੁਣ ਲੱਗੇ ਅਸੀਂ ਚਾਹ ਪੀਣ ਚਾਹ ਨਾਲ ਮੰਮੀ ਰੋਟੀ ਬਣਾਉਣ ਲੱਗੀ ਪਈ ਸੀ ਅਤੇ ਅਸੀਂ ਰੋਟੀਆਂ ਵੀ ਮੰਗਾ ਹੀ ਲਈਆਂ ਦੋ ਕੁ ਵੀ ਦੋ ਚਾਹ ਨਾਲ ਰੋਟੀਆਂ ਖਾਧੀਆਂ ਜਾਣ ਇੱਧਰ ਆ ਦੇਖੋ ਇਹ ਵੀ ਤਿਆਰ ਹੋ ਗਈ ਉਹ ਵੀ ਨਾਲ ਭਰਾ ਵੀ ਤਿਆਰ ਹੋ ਗਿਆ ਮੈਂ ਵੀ ਖਾਣੀ ਆ ਕਹਿੰਦੇ ਸਾਰੇ ਟੱਬਰ ਨੂੰ ਹੁਣ ਭੁੱਖ ਲੱਗਿਆ ਹੀ ਨਾਲੇ ਬਾਜ਼ਾਰ 'ਚੋਂ ਕੁਛ ਖਾ ਕੇ ਵੀ ਆਏ ਆ ਹਾਂਜੀ ਪਹਿਲਾਂ ਤਾਂ ਬਾਜ਼ਾਰ 'ਚ ਕੁਛ ਖਾਧਾ ਨਹੀਂ ਪਹਿਲਾਂ ਤਾਂ ਨਾ ਨਾ ਖਰੀ ਗਈਆਂ ਹੁਣ ਘਰ ਆ ਕੇ ਰੋਟੀਆਂ ਚੱਬੀ ਜਾਂਦੀਆਂ ਨੇ ਇਕੱਲੀ ਖਾਂਦੀਆਂ ਉਦੋਂ ਤੈਨੂੰ ਕਿਹਾ ਸੀ ਖਾ ਲਾ ਉੱਥੇ ਉਹ ਤਾਂ ਧੌਣ ਮਾਰ ਦਿੰਦੀ ਹਰੇਕ ਚੀਜ਼ ਨੂੰ ਆਹ ਕੁੜੀ ਦਾ ਵਿਆਹ ਦੇਖੋ ਫਲਾਵਰ ਤੇ ਆਹ ਸਾਡਾ ਗੇਟ ਆ ਗਿਆ ਮੇਨ ਸਰੀ ਬੰਨੇ ਹੋਏ ਆ ਨਾ ਸਾਰੇ ਜਾਣੇ ਜਾ ਰਹੇ ਆ ਚਾਚਾ ਜੀ ਦੇ ਘਰ ਮੈਗੀ ਖਾਣ ਮੈਗੀ ਪਾਰਟੀ ਹੈ ਨਾ ਆ ਗਏ ਸੀ ਚਾਚਾ ਜੀ ਦੇ ਘਰ ਅਤੇ ਚਾਚੀ ਜੀ ਨੇ ਮਿਰਚਾਂ ਤੜਕੀਆਂ ਹੈ ਦੇਖਣ ਨੂੰ ਲੁੱਕ ਬਹੁਤ ਟੇਸਟੀ ਲੱਗਦੀ ਹੈ ਕਿ ਬਹੁਤ ਟੇਸਟੀ ਮਿਰਚਾਂ ਹੋਣਗੀਆਂ ਅਤੇ ਹੁਣ ਆਪਾਂ ਬਣਾ ਰਹੇ ਹਾਂ ਇੱਧਰ ਮੈਗੀ ਮੈਗੀ ਦਾ ਮਟੀਰੀਅਲ ਜਿਹੜਾ ਉਹ ਕੱਟ ਚੁੱਕੇ ਹਾਂ ਮੈਗੀ ਖਾਵਾਂਗੇ ਕਿ ਮੇਰੀ ਕਜ਼ਨ ਨੇ ਮੈਗੀ ਬਣਾ ਤੀ ਅਤੇ ਹੁਣ ਸਾਰੇ ਜਾਣੇ ਖਾ ਰਹੇ ਆ ਮੈਗੀ ਔਡਰ ਡਿੱਪੇ ਵੀ ਮੈਗੀ ਸਵਾਦ ਲੱਗੀ ਤੁਹਾਨੂੰ ਅਤੇ ਮੇਰੇ ਚਾਚਾ ਅਤੇ ਚਾਚੀ ਜੀ ਦੀ ਫੋਟੋ ਆ ਮੈਰਿਜ ਫੋਟੋ ਹੁਣ ਆਪਾਂ ਚਾਚਾ ਜੀ ਦੇ ਘਰੋਂ ਕਿੱਥੇ ਚੱਲੇ ਹਾਂ ਆਪਣੇ ਘਰੇ ਚੱਲੇ ਹਾਂ ਨਾ ਨੇਰੇ ਚ ਕੀ ਹੁਣ ਦੰਦਾਂ ਦਾ ਬਣਾਉਣਾ ਹੋਰ ਦੰਦਾਂ ਦਾ ਉਹ ਵੇਖੋ ਸਾਡਾ ਗੁਰਦੁਆਰਾ ਸਾਹਿਬ ਹਾਂਜੀ ਤੇ ਆਪਣੀ ਹੁਣ ਚਾਹ ਆ ਗਈ ਅਸੀਂ ਰੋਟੀ ਰੋਟੀ ਖਾ ਕੇ ਤੇ ਹੁਣ ਲੱਗਿਆ ਚਾਹ ਪੀਣ ਤੇ
ਅੱਜ ਦਾ ਬਲੌਗ ਇੱਥੇ ਹੀ ਕਰਦੇ ਹਾਂ ਐਂਡ ਜੇ ਤੁਹਾਨੂੰ ਸਾਡਾ ਨਿੱਕਾ ਜਿਹਾ ਬਲੌਗ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਐਂਡ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਬਾਏ।